ਜਿੱਤੋਂ ਨਾ ਥਿਆਵੇ ਉਹ ਤੋਂ ਖੇਤ ਹੁੰਦਾ ਆ। ਸਤਿ ਸ਼੍ਰੀ ਅਕਾਲ ਜੀ। ਬਿੱਡ ਕਥਨ ਲੱਗਿਆ ਜੀ ਟਰੇਲੇ ਨੂੰ, ਤਿੰਨ ਟਰੇਲੇ ਲਈ ਆਣੇ ਆਪਾਂ ਨੇ ਸੇਵਾ ਖਾਤਰ। ਉੱਤੇ ਧਿੰਦੇ ਵਾਲਾ ਲੱਗਿਆ ਵਾ ਮੇਲੇ ਨੂੰ, ਹਾਸੇ ਨੂੰ ਹੇਲ ਲੈ ਕੇ ਲੱਗ ਗਿਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਾਨੂੰ ਇੱਕ ਦਾ ਕਸੀਏ ਵੀ ਹਾਂ, ਇੱਕ ਦਾ ਬਿੱਟ ਤਾਂ ਕਸ ਲਈ, ਇੱਕ ਨੂੰ ਕਸਿਆ ਬਾਈ ਅਸੀਂ ਪੱਕਾ ਜੀ। ਤਾਂ ਬੰਦੇ ਵੀ ਜ਼ਿਆਦਾ ਚਾਹੀਦੇ ਭਾਈ ਸੇਵਾ ਨੂੰ ਉੱਥੇ। ਠੰਡ ਵੀ ਵਾਹੀਆ ਟਰਾਲਾ ਮੌਕੇ ਨਾਲ ਦੇਖ ਲੂੰਗੇ। ਇਹ ਤਾਂ ਚੱਲ ਭੱਠੇ ਭੁੱਠੇ ਲੱਦ ਲੈ ਜੂੰਗੇ, ਦੋ ਜੇ ਬੰਦੇ ਤਾਂ ਆਉਂਗੇ ਤਾਂ ਤੰਬੂ ਵਾਲੇ ਚ। ਇੱਕ ਪਰ ਹੈਗਾ, ਇੱਕ ਪਰ ਹੋਰ ਲਾਉਣਾ ਪੈਣਾ ਇਹ। ਉਹਦੇ ਭਾਅ ਐਂ ਪੱਲਾ ਸੁੱਟ ਲਾਉਣਾ ਬਸ। ਆਹੋ ਚੌਰਸੇ ਸੰਡੇ ਅੱਧੇ ਉਹਦੇ ਭੱਠੀਆਂ ਭੁੱਠੀਆਂ ਹੋਰ ਸਮਾਨ ਰੱਖ ਲਵੇ, ਭਾਂਡੇ ਹੀ ਰੱਖ ਹੋਣੇ ਗੁਰਦੁਆਰਾ, ਉਹ ਰੱਖ ਲਵੇ। ਚੱਲ ਬੰਦਾ ਹੁਣ ਸਭ ਆਲੇ ਦੁਆਲੇ ਹੋਏ ਵੀ ਅਸੀਂ ਦੋ ਲੱਗੇ ਪਏ ਆ ਭਾਈ। ਬਿੱਡ ਵੀ ਭਾਰਾ ਹੈ, ਪਹਿਲਾਂ ਤਾਂ ਸਾਡਾ ਦਮ ਉੱਥੇ ਤੋਂ ਉੱਠਦਾ ਚੱਕਦੇ ਨੇ। ਬਿੱਡ ਦੇ ਕਾਊਂਟਰ ਕਾਊਂਟਰ ਦਾ ਇੱਕ ਗੱਲ ਆ, ਡੇਢ ਡੇਢ ਕਾਊਂਟਰ ਦਾ ਆਹ ਖੁੱਲ੍ਹਣੇ ਟਾਈਮ ਲੱਗ ਗਿਆ ਸਾਡਾ ਜੋਰੇ ਵੱਲੋਂ ਕਾਲੇ ਨੂੰ ਲਿਖਾ ਫੋਨ ਕਰਕੇ ਦੇਖ। ਹੋਰ ਮਾਸੜ ਵੀ ਲੰਘਿਆ ਵਾ, ਮਾਸੜ ਲੰਘਿਆ ਸੇਵੇ ਬਾਬੇ ਨਾਲ। ਗਊਆਂ ਨੂੰ ਕਹਿੰਦਾ ਗੁੜ ਪਾਉਣਾ, ਉਹ ਗੱਡੀ 'ਚ ਗੁੜ ਲੈਣ ਗਏ ਆ। ਉਹ ਕਹਿੰਦਾ ਮੈਂ ਆਉਂਦਾ ਮੁੜ ਕੇ, ਹੁਣ ਉੱਥੇ ਭਾਈ ਪਤਾ ਨਹੀਂ ਕਿੰਨਾ ਟਾਈਮ ਲੱਗਣਾ, ਕਾਲੇ ਨੂੰ ਦੇਖ ਲੈਂਦਾ ਛੇੜ ਕੇ ਜੇ ਕੋਈ ਆਉਂਦਾ। ਬਾਕੀ ਉਹ ਸਾਡਾ ਹੀ ਬਾਈ ਆਪਣਾ ਹੀ ਹੈ, ਪਿੰਡ ਵਾਲਿਆਂ ਦਾ ਹੈ ਅਤੇ ਮੇਰੇ ਕੋਲ ਤਾਂ ਰਾਤ ਦਾ, ਅਤੇ ਇਹਦਾ ਵੀ ਨੰਬਰ ਲੱਗ ਗਿਆ। ਹੁਣ ਅਸੀਂ ਦੋਹਾਂ ਨੇ ਲੰਘ ਜਾਣਾ ਬਾਈ, ਵਿਹਲੇ ਹੋ ਗਏ ਇਕੱਠੇ ਹੀ ਜਾਂਦੇ ਆ। ਅਤੇ ਉਹਦੇ ਵਾਲਾ ਟਰਾਲਾ ਉਹ ਪਰਲੀ ਲਹਿਣ 'ਚ ਤਾਂ ਮੇਰਾ ਇੱਧਰ ਆ, ਮੇਰੇ ਮੂਹਰੇ ਹਲੇ ਹੈਗੇ ਦੋ ਟਰਾਲੇ। ਅਤੇ ਚਲੋ ਲੱਗ ਜਾਣਾ ਆਪਣਾ ਵੀ ਨੰਬਰ, ਫਿਰ ਚੱਲਦੇ ਆ। ਹੁਣ ਰੱਸੇ ਰੁੱਸੇ ਖੋਲ੍ਹਦੇ ਇਹਦੇ ਟਰਾਲੀ ਦੇ ਗਾਹਾਂ ਕਰਕੇ, ਅਤੇ ਭੀੜ ਕਾਫੀ ਆ ਜੀ, ਹੈਗੀ ਆ 150-200 ਟਰਾਲੀ ਦਾ ਰਹਿੰਦੀ ਉਹ, ਇੰਨਾ ਕੁ ਰਸ਼ ਰਹਿੰਦਾ ਹੀ ਆ ਮੇਲੇ ਦਾ। ਚਲੋ ਬਾਈ ਲੱਗ ਗਿਆ ਨੰਬਰ, ਚੱਲਦੇ ਖੜ੍ਹੇ ਆ 12 ਵਜੇ ਦੇ, ਹੁਣ ਨੰਬਰ ਆਇਆ 4 ਵਜੇ, 32-33 ਘੰਟੇ ਲੱਗ ਗਏ ਪੂਰੀ। ਹੁਣ ਟਰਾਲੀ ਉਤਰ ਲੱਗੀ ਆ, ਹਲੇ ਇੱਧਰੋਂ ਕੰਡਾ ਖਰਾਬ ਹੋਇਆ ਹੋਇਆ ਵਜਨ ਵਾਲਾ, ਜਿੱਥੇ ਟਰੈਕਟਰ ਖਾਲੀ ਦਾ ਵੀ ਵਜਨ ਹੁੰਦਾ ਅਤੇ ਭਰੇ ਹੋਏ ਦਾ ਵੀ, ਉਹ ਸਾਹਮਣੇ ਤੋਂ ਖਰਾਬ ਹੋਇਆ ਹੋਇਆ, ਘੰਟਾ ਹੋ ਗਿਆ ਐਂ ਖੜ੍ਹੇ ਆ ਟਰਾਲੇ। ਹਲੇ ਪਤਾ ਨਹੀਂ ਕਿਆ ਦਿੱਕਤ ਆ ਗਈ ਉਹਦੇ 'ਚ ਵੀ ਲੱਗੇ ਹੋਏ ਲੋਡ ਕਰਨ, ਹਲੇ ਉੱਥੇ ਪਤਾ ਨਹੀਂ ਕਿੰਨਾ ਕੁ ਟਾਈਮ ਲੱਗਣਾ, ਹਨੇਰਾ ਹੀ ਹੋ ਜਾਣਾ ਜਾਂਦਿਆਂ ਨੂੰ ਵੀ। ਚਲੋ ਠੀਕ ਆ ਜੀ, ਮਾਤਰ ਆ ਕੇ ਟਰਾਲੀ ਫਿਰ ਚੱਲਦੇ ਆਪਾਂ ਘਰ ਨੂੰ, ਕੱਲ੍ਹ ਨੂੰ ਲੈ ਕੇ ਆਵਾਂਗੇ ਅਗਲਾ ਗੇੜਾ। ਤਾਰ ਦੇ ਭਰਾਵਾ ਟੰਗਣਾ ਪੱਚੀ ਸੌ ਦੇ ਬੂਟਾ ਇੱਕ ਚੱਕਣੇ ਵਾਲੀ ਹੈ, ਥੋੜੇ ਚੱਕਣੇ ਵਾਲੀ ਚੱਲ ਫੜਾ ਹੱਥ ਜੀ ਨੱਟ ਦੇਖ ਲੈ ਹੈ ਲੈ ਫੜੀ ਇੱਕ ਪਾਲਾ ਹਲੇ ਦੋ ਪਾਲਾ ਮੈਂ ਪਿੱਛੇ ਬਿਠਾ ਦੇਣੀ ਹੁੰਦੀ ਜਗ੍ਹਾ ਕਿਹਦਾ ਤੂੰ ਫੜ ਇੱਥੇ ਜਾ ਬਾਈ ਉੱਪਰ ਬਾਈ ਤੇ ਚੜੀ ਜਾਊਗਾ ਉੱਪਰ ਚੱਲ ਇੱਕ ਮਿੰਟ ਖੜ ਜਾ ਬਸ ਹੁਣ ਨਾਟ ਤਾਂ ਆਪਣੇ ਸਾਰੇ ਢਿੱਲੇ ਹੀ ਪਾ ਦੇਣੇ ਪਹਿਲਾਂ ਇੱਕ ਪਾ ਦੇ ਪਹਿਲਾਂ ਤੂੰ ਉਹ ਇੱਕੇ ਪਾਉਣ ਲੱਗਾ ਹੁਣ ਗੁਰੂ ਇੱਕ ਵਾਰੀ ਕਿੱਦਾਂ ਲਾ ਦੇਵਾਂ ਪਿੱਛੇ ਨੂੰ ਅੰਦਰ ਨੂੰ ਕਹਿੰਦੇ ਤਾਂ ਉਹ ਕਰਦਾ ਨੂੰ ਕਿਨਾਰੇ ਦੋ ਜੁੜੇ ਜਾ ਕੇ ਫਸ ਗਿਆ
घर नी कोई है भी इत मैं बैठे उ घरे एक एक पैया तीन चक उपर चक उपर नड़ा खड़ जा धक्के मरी जाना इधर करके डीका ना और पौड़ी करके चलो नट दे बाकी कितने भाई उधर वाला भी टंग रहा फिर दबले घूमी जाओ उधर आ गया हूं एक मिनट कितना नट मसाला पहले सारे दसकी ओए की के फस गया बहुत है हुन मैं ऊपर पंदे चक ऊपर लग दूं तू खाने लाउना बैठा इधर खड़ तो सही तू काले हैगे होर नट नहीं हैगे मैं फट नट उठी रख पीछे कद रखे हुए सारे चक देंदे ऊपर नु ਪਾ ਛੱਡ ਦੇ ਮੱਟੀ ਲੈ ਛੱਡ ਦੋ ਕਾਤਾ ਬਾਦ ਮੰਨ ਦੇ ਆ ਇਹਦੇ ਨਟ ਪਾ ਕੇ ਹਲੇ ਬਈ ਤਰਪਾਲ ਪਈ ਹੋ ਗਈ ਮਸ਼ੀਨ ਤੋਂ ਬੜੀ ਬਾਦੀ ਛੋਟੀ ਮੇਰੀ ਉਹਦੇ ਬਣਿਆ ਚੱਕ ਲੈ ਹਲੋ ਹਾਂ ਪੂਰੀ ਆ ਮੋਟਰ ਪਰ ਆ ਗਿਆ ਕੱਲ ਕ ਤੁਰਨਾ चक्कर नट नाचे सुखवीर गया भाई कनेडा सुख जट जेड़ा कनेडा भाई कनेडा गया भाई बधाई बहुत बहुत मुबारक सेफ जर्नी देखी अपना ब्लॉग बाकी जाके कल वीडियो कॉल करांगे फिर मोटी मोटी वीडियो बना के थोनू करावांगे बहुत दो साल हो गए कनेडा कनेडा घूमदे नु तां महीने दा रह गया था ना कम आईलैंड दा 15 20 दिन दा रह गया खत्म हो गया था उहदा रिफ्यूजल भी लग गई थी उहदी दो बार हां दो बार रिफ्यूजल आ ली थी चलो परमात्मा ने सुन ली वधिया ਸੁਭਾਅ ਚੰਗਾ ਖੁਸ਼ ਰਹੇ ਤਰ ਵਕਤ ਬਾਪੂ ਨੂੰ ਕਹਿ ਦੋ ਵੀ ਮੈਨੂੰ ਲੈ ਜਾਓ ਇੰਜੋਇਮੈਂਟ ਵੀ ਜਰੂਰੀ ਕੰਮ ਕਰ ਵੀ ਜਰੂਰੀ ਜ਼ਿੰਦਗੀ ਚ ਬਾਈ ਸੈਟਲਮੈਂਟ ਜਰੂਰੀ ਹੈ ਸਭ ਤੋਂ ਪਹਿਲਾਂ ਜਦ ਤੱਕ ਬੰਦਾ ਸੈਟਲ ਨਹੀਂ ਹੈ ਜਦ ਤੱਕ ਕੁਝ ਨਹੀਂ ਕੱਲ ਪਰਸੋਂ ਆਪਣੇ ਇੱਕ ਹੋਰ ਦੋਸਤ ਨੂੰ ਚੜਾ ਕੇ ਆਏ ਇਹ ਰੋਪੜ ਤੇ ਪਰਸੋਂ ਚੌਥੇ ਹੀ ਅੱਜ ਇਹ ਚਲੋ ਵਧੀਆ ਬਾਈ ਹੁਣ ਜਸ਼ਨ ਦੀ ਵਾਰੀ ਆਊਗੀ ਹੈ ਵੀ ਕਿਹਾ ਯਾਰ ਦੇਖਿਆ ਕਾਲੇ ਰਾਂ ਦੇ ਜਾਣਾ ਸੀ ਲੱਡੂ ਖਾਣ ਲੱਡੂ ਸੁਖਵੀਰ ਦੇ ਖਾਇਆ ਜਿਹਦੇ ਹਲੇ ਕਾਲੇ ਰਾਂ ਦੇ ਖਾਉਂਗੇ ਹੁਣ ਕਾਲੇ ਰਾਂ ਦੇ ਦੇਖਦੇ ਆ ਕਾਲੇ ਖਾਉਂਗਾ ਇੱਕ ਕਿਸਮਤ ਦੀ ਹੋਈ ਤਾਂ ਕਹਿੰਦੇ ਵੀ ਸਾਨੂੰ ਇਹਦਾ ਕਿਸਮਤ ਭਰੇ ਹੈ ਹਫਤੇ 10 ਦਿਨ ਤੱਕ ਖਲਾ ਦੇਵੇ ਪਰ
जद तक सुखबीर ने सब सीख जाना क्या होंगे बापू के सिर पर क्या होंगे दुनियादारी हो रहा है जी देश छड़ना ना दूए देश मेन पता गर्मी ठंड हो जानी मुबारक चलो हूं बी करो अपना बिड कसो करिए तैयारी लंगर दी छपटी पूरी मजबूती घटन लगी तेरे पैप देख लू देख बाकी तरपाल अंदर पार दी समान लेके दुध भी आना ना वो भी देखना पैन टैंकी डूंगा उतर गया था इतने पोली जगह की मैं थोड़ा दब दिया सुपर सीटर का जो डिस्क ही पंगा है फिर दाना डूंगा चले जाता है पता नहीं वो चक्कर हो इधर ठीक है चलो कोई गल नहीं बाकी कणक वधिया भरिया इधर हर्षवीर ना दलवीर का फोन आया मैं कि इतने नेड़े तेड़े आ गया भी तां फोन करता पिछली बार दलवीर ने यार मलकीत भाई ने फोन रे पाया था पर ओदा फोन आया हाँ कल सेड़ी तो बोलत तैयार होके बी जाने उथे रथ जाता है नगर कीर्तन
ਆਪਣਾ ਫਤਿਹਗੜ ਸਾਹਿਬ ਉਹਦੇ ਕਰਕੇ ਕੱਲ ਨੂੰ ਮੈਂ ਜਾਣਾ ਉੱਥੇ ਕਹਿੰਦਾ ਯਾਰ ਮੁੰਡੇ ਆਪਣੀ ਵੀਡੀਓ ਦੇਖਦੇ ਆ ਬਾਈ ਇਟਲੀ ਚਲੇ ਗਿਆ ਹੁਣ ਮੁੰਡਾ ਪਿਛਲੀ ਵਾਰ ਇੱਥੇ ਦਾ ਤੇ ਫਿਰ ਮੇਰੀ ਮਜਬੂਰੀ ਹੋ ਗਈ ਮੈਂ ਕਿਹਾ ਜੀ ਖੁਸ਼ਦੀਪ ਨੂੰ ਲੈ ਕੇ ਜਾਓ ਮੈਨੂੰ ਆ ਲਿਆ ਫੋਨ ਜਾਂ ਫਿਰ ਧਿੰਦੇ ਮਹਾਲ ਆਪਣਾ ਯੂਟਿਊਬ ਬਹੁਤ ਆ ਆਪਣੇ ਵਾਧੂ ਹੈ ਕੱਲ ਜੇ ਵਿਹਲੇ ਹੋ ਚਲੇ ਜਾਊਂਗੇ ਸਿਹੜੀ ਹੈ ਕਿੱਥੇ ਸਿਹੜੀ ਹੈ ਸਿਹੜੀ ਮਰੰਡੇ ਨਾਲ ਮਿੱਲ ਦੇ ਨਾਲ ਅੱਛਾ ਅੱਛਾ ਮਿੱਲ ਦੇ ਨਾਲ ਗੁਰਦੁਆਰਾ ਨੇ ਹਾਂ ਹਾਂ ਉੱਥੇ ਕੋਈ ਨਾ ਮਾਰਿਆ ਕਿਹੜਾ ਕੋਈ ਚੱਕਰ ਜਾ ਨਹੀਂ ਬਹੁਤ ਘੈਂਟ ਬਹੁਤ ਦਾ ਸਜਾਉਂਦੇ ਆ ਉਹ ਤੇ ਫਿਰ ਰਾਤ ਚਾਰ ਪੰਜ ਉਰੇ ਤੇ ਸ਼ੁਰੂ ਹੋ ਗਿਆ ਫਤਿਹਗੜ੍ਹ ਸਾਹਿਬ ਜਾ ਕੇ ਰੁਕਣਾ ਮੈਂ ਕਹਿੰਦਾ ਰਾਤ ਨੂੰ ਪਹੁੰਚਦੇ ਹਾਂ ਸਵੇਰੇ ਚੱਲਣਾ 10-11 ਵਜੇ ਚੱਲਣਾ ਉਹਨਾਂ ਨੇ ਰਾਤ ਤੜਕੇ ਨੂੰ ਪਹੁੰਚੂਗੇ ਕਿ ਰੁਕ ਹੀ ਰੁਕ ਰੁਕ ਕੇ ਜਿਵੇਂ ਰਸਤੇ 'ਚ ਲੰਗਰ ਲੁੰਗਰ ਲੱਗੇ ਹੁੰਦੇ ਆ ਕਈਆਂ ਨੇ ਬਹੁਤ ਲੱਕਰਿਆ ਪੈਂਦਾ ਉਸ ਕਰਕੇ ਰੁਕ ਰੁਕ ਕੇ ਜਾਣਾ ਪੈਂਦਾ ਤਾਂ ਟਾਈਮ ਲਾ ਜਾਂਦਾ 12 ਵਜੇ ਪਰਸੋਂ ਤੜਕੇ ਨੂੰ ਪਹੁੰਚਣਾ ਉਹਨਾਂ ਨੇ ਹੋਰ ਖੁਸ਼ਦੀਪ ਠੀਕ ਆ ਪੂਰਾ ਮੈਂ ਠੀਕ ਠੰਡ ਲੱਗਦੀ ਹੈ ਮੈਨੂੰ ਲੱਗਦਾ ਤੈਨੂੰ ਨਹੀਂ ਨਹੀਂ ਯਾਰ ਤੈਨੂੰ ਠੰਡ ਲੱਗਦੀ ਹੈ ਮੈਨੂੰ टाइम लगता एक खेत बरता हूं भजा फिर बंद ਟੱਕਦਾ ਨਹੀਂ ਹੈਗਾ ਇਹ ਫੋਨ ਤੰਗ ਕਰ ਲੈਂਦੇ ਜਿਹੜੇ ਵਿੱਚ ਫੋਨ ਆ ਜਾਂਦੇ ਨੇ ਆਹ ਕੰਮ ਖਰਾਬ ਚੌੜੀ ਦੇ ਐਡੀ ਬਾਤ ਆਹ ਕੰਮ ਖਰਾਬ ਹੁੰਦਾ ਦੇਖੋ ਭਾਈ ਇਹੋ ਜਿਹੇ ਕੰਮ ਕਰ ਲੈਦੇ ਚੱਲ ਇਹ ਵੀ ਹੋ ਜਾਂਦਾ ਸਾਰਾ ਬਾਜ ਥੱਲੇ ਵਿੱਚ ਇਹੋ ਜਿਹਾ ਪੈ ਜਾਣਾ ਸਾਰਾ ਮੂੰਹ ਵਿੱਚ ਪਾ ਦੋ ਹੈ झोली ज्यादा होगी ना कोई चक्कर नहीं कोई चक्कर नहीं कुछ नहीं कुछ नहीं कुछ नहीं कुछ नहीं कुछ नहीं ਫਰਕ ਬਹੁਤ ਆ ਬਾਈ ਜਿੱਥੇ ਮੰਨ ਲਓ ਠਾਠ ਰਹਿ ਗਈ ਲੋ ਜੀ ਬਾਈ ਆਹ ਦੋ ਖੇਤਾਂ ਚ ਪਾਤਾ ਉਹ ਰਹਿ ਗਏ ਤੇ ਆਪਣੇ ਕੋਲ ਪਹੁੰਚ ਗਿਆ ਨਿੰਦਰ ਮਿਲੋ ਨਿੰਦਰ ਨੂੰ
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸੁਪਰ ਸਟਾਰ YouTube ਦਾ ਟੈਣਾ ਨਾ ਨਾ ਦੇਖਦਾ ਲੈ ਬਾਈ ਹਾਂ ਹੋਰ ਸੁਣਾ ਠੀਕ ਆ ਤੂੰ ਬੜਾ ਟਿੱਟ ਫੋਟ ਟਾਈਟ ਹੋਇਆ ਟਿੱਟ ਫੋਟ ਇਕਣੇ ਰਹਿਣੇ ਪਏ ਸੀ ਹੁਣ ਵਾਕਈ ਬਾਈ ਆ ਸਾਡੀ ਕਾਦੀ ਜਿੰਦਗੀ ਇਹ ਤਾਂ ਮਹੀਨਾ ਇੱਕ ਕੱਪੜੇ ਪਾਉਂਦਾ ਬਹਿ ਜਾ ਹੋਰ ਸੁਣਾ ਚਾਹ ਪੀ ਜਾਂਦਾ ਘਰੇ ਅੱਜ ਕਿੱਦਾਂ ਤੈਨੂੰ ਮਾਂ ਮਿਲ ਕੇ ਆਵਾਂ ਬੰਦਿਆਂ ਨੂੰ ਬਹੁਤ ਦਿਨ ਹੋ ਗਏ ਨਹੀਂ ਨਹੀਂ ਬਾਈ ਜਿਹੜੀ ਗੱਲ ਹੈ ਕਿ ਉਹ ਦੱਸ हिसाब किताब चाहिए लेन देन जो करना है कि नहीं तो वधिया इनू कह भी भाई तेरी मशीन है जद मर्जी जद मन बदल गया जिस तरह मर्जी आई तेरी मशीन है कोई वो नहीं है पर आंदा जांदा रही फिर भी क्यों कर गया खुशदीप सिंह ठीक है ना भाई जरूर जरूर एक क्या हो गया कि हो जाएगा पर गेड़ा छेड़ा ये तो ये काम कर अपनी जगह पैसा अपनी जगह गेड़ा छेड़ा पक्का दोस्ती अपनी जगह।